ਥਾਈਂ ਕੋਈ ਸੈੱਟ ਕਰ ਹਲਦਾ ਖੜਾ ਥੱਲੇ ਨਾ ਕਰ ਇਹ ਇੱਥੇ ਬਸ ਠੀਕ ਨਾਰਾਏ ਤਕਬੀਰ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਰਿਸਾਲਤ ਨਾਰਾਏ ਹੈਦਰੀ ਵਲ ਨਾਰਾਏ ਹੈਦਰੀ ਮੇਰੇ ਵਾਜਿਬ ਉਲ ਇਤਰਾਮ ਹਾਜ਼ਰੀਨ ਸਾਮਾਇਨ ਜਿਹੜੇ ਬਚ ਗਏ ਹੋ ਬਹੁਤ ਬੜੀ ਇਬਾਦਤ ਜ਼ਿਕਰ ਇਮਾਮ ਹੁਸੈਨ ਅਲੈਹਿ ਸਲਾਮ ਤੁਸਾਂ ਕੰਮ ਕਾਰ ਛੋੜ ਕੇ ਘਰ ਬਾਰ ਛੋੜ ਕੇ ਜ਼ਿਕਰ ਮੁਹੰਮਦ ਵਾਲੇ ਮੁਹੰਮਦ 'ਚ ਆਏ ਹੋ ਮੈਂ ਦੁਆ ਕਰੇ ਨਾ ਕਿ ਤੁਹਾਡਾ ਟੁਰ ਆਇਆ ਤੁਹਾਡੀ ਇਬਾਦਤ ਮੌਲਾ ਆਪਣੀ ਬਾਰਗਾਹ 'ਚ ਕਬੂਲ ਫਰਮਾਵੇ ਬਾਨੀਆਂ ਦੇ ਪੁਰਖਲੂਸ ਤਮਾਮ ਮੇਰੇ ਭਾਈ ਮੈਂ ਆਪ ਹੀ ਬਾਨੀ ਹਾਂ ਇਸ ਵਕਤ ਤਾਂ ਮੇਰੇ ਨਾਲ ਇਹ ਹਾਲ ਹੋਇਆ ਚਾਰ ਘੰਟੇ ਮਿੰਬਰ 'ਤੇ ਬੈਠ ਰਹੀ ਹਾਂ ਮੇਰੇ ਵਾਜਿਬ ਉਲ ਇਤਰਾਮ ਸੈਯਦ ਜ਼ੈਗਮ ਅਬਾਸ ਸ਼ਾਹ ਸਾਹਿਬ ਸੈਯਦ ਜ਼ਰਗਾਮ ਅਬਾਸ ਸ਼ਾਹ ਸਾਹਿਬ ਸੈਯਦ ਸੁਜਾਤ ਹੁਸੈਨ ਸ਼ਾਹ ਸਾਹਿਬ ਇਹਨਾਂ ਦੇ ਪੁਰਖਲੂਸ ਤਮਾਮ ਇਹ ਫੂੜੀ ਵਿੱਚ ਆਈ ਮੌਲਾ ਆਪਣੀ ਬਾਰਗਾਹ 'ਚ ਕਬੂਲ ਫਰਮਾਵੇ ਜ਼ਾਕਿਰ ਨਹੀਂ ਆ ਅਦਨਾ ਜੀ ਅਗਦਾ ਕਰਾਂ ਇਮਾਮ ਹੁਸੈਨ ਬਾਦਸ਼ਾਹ ਦਾ ਬਾਦਸ਼ਾਹ ਮੇਰਾ ਉਹ ਹੈ ਜਿਹਦੀ ਜੁੱਤੀਆਂ 'ਚ ਰਿਜ਼ਕ ਮੌਜੂਦ ਹੈ ਗਦਾਗਰੀ ਵਾਸਤੇ ਹਾਜ਼ਰ ਖਿਦਮਤ ਇਹ ਇਰਾਦਾ ਬਾਬਾ ਜੀ ਮੈਂ ਆਪਣੀ ਨੌਕਰੀ ਸ਼ੁਰੂ ਕਰਾਂ ਬਾਈ ਜਾਨ ਇਹ ਹੱਥ ਜੋੜੀ ਖੜਾ ਜਿਹੜੀ ਇਹ ਚੋਂਡ ਉੱਤੇ ਪਈ ਇੱਧਰ ਤੱਲੇ ਆ ਵਜਣ ਇੱਥੇ ਆ ਜਾਓ ਆ ਜਾਓ ਨਿਆਜ਼ ਮੌਲ ਕਹਿ ਨਹੀਂ ਆਵਣਾ ਅੱਛਾ ਠੀਕ ਬੈਠੇ ਹੋ ਬੈਠੇ ਤਾਂ ਇਹ ਕੁਝ ਹੈ ਬਈ ਚਲੋ ਇਹ ਵੀ ਰਲ ਕੇ ਪਹਾੜ ਲਵੀਏ ਚਲੋ ਖੈਰ ਮਿਲ ਕੇ ਸਲਵਾਤ ਪੜ੍ਹੋ ਬਾਵਾ ਜ਼ੇ ਬੁਲੰਦ ਮੈਂ ਬਾਬਾ ਜੀ ਵੇਖੋ ਤਾਂ ਸਹੀ ਹੈ ਹੁਣੇ ਸਾਰੇ ਆਸੇ ਨਾਵੇਂ ਤਾਂ ਵਾਧੇ ਨਾ ਇਹ ਜ਼ਰਾ ਕਾਫੀ ਟਾਈਮ ਦੇ ਬੈਠੇ ਹਨ ਮੈਂ ਵੀ ਕਾਫੀ ਟਾਈਮ ਦਾ ਬੈਠੋ ਹਾਂ ਮੈਂ ਵੀ ਬਹਿ ਬਹਿ ਕੇ ਥੱਕ ਗਈ ਹਾਂ ਅਤੇ ਇਹ ਵੀ ਥੱਕ ਗਏ ਉਸੇ ਨੇ ਹੁਣੇ ਆ ਵੈਸੇ ਸਿਗਰਟ ਸੁਗਰਟ ਪੀਣ ਗਏ ਉਸੇ ਨੇ ਉਹ ਪਾਣੀ ਸ਼ਾਣੀ ਦਾ ਘੁੱਟ ਭਰਨ ਗਏ ਉਸੇ ਮੋਮਿਨ ਇਹ ਜ਼ਿਕਰ ਤੋਂ ਬਗੈਰ ਇਹ ਜ਼ਿਕਰ ਜਿਹੜਾ ਇਹਨਾਂ ਦੇ ਰੂਹ ਦੀ ਗਿਜ਼ਾ ਹੈ ਇਹ ਦੂਰ ਨਹੀਂ ਰਹਿ ਸਕਦੇ ਇਹ ਹੁਣੇ ਅੰਦਰ ਆਏ ਵੇਖੋ ਤਾਂ ਸਹੀ ਵਾਰ ਮੌਜਦਾ ਪਾਕਾਂ ਦਾ ਕੌਣ ਕਹਿਤਾ ਹੈ ਕਿ ਇਸ ਜ਼ਿਕਰ ਸੇ ਇੱਜ਼ਤ ਨਹੀਂ ਮਿਲੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਕੌਣ ਕਹਿਤਾ ਹੈ ਕਿ ਇਸ ਜ਼ਿਕਰ ਸੇ ਇੱਜ਼ਤ ਨਹੀਂ ਮਿਲੀ ਔਰ ਮੁਝਕੋ ਦੀਨੋ ਦੁਨੀਆ ਕੀ ਦੌਲਤ ਨਹੀਂ ਮਿਲੀ ਨਿਆਜ਼ ਮੌਲਾ ਤਵੱਜੋ ਕਰਨੀ ਹੈ ਬਾਈ ਜਾਨ ਥੋੜ੍ਹਾ ਕਿਵੇਂ ਸਾਉਣ ਖੁੱਲਿਆ ਜ਼ਰੀਏ ਕਿਵੇਂ ਜ਼ਰਾ ਕਿ ਨਾ ਕੋਈ ਸਮਝ ਹੀ ਆਵੇ ਕੋਈ ਮੈਂ ਕੋਈ ਸਮਝ ਆਵੇ ਹੁਣ ਇਹ ਪੀਟਰ ਚੱਲਦਾ ਪਿਆ ਹੈ ਕੌਣ ਕਹਿਤਾ ਹੈ ਕਿ ਇਸ ਜ਼ਿਕਰ ਸੇ ਇੱਜ਼ਤ ਨਹੀਂ ਮਿਲੀ ਔਰ ਮੁਝਕੋ ਦੀਨੋ ਦੁਨੀਆ ਕੀ ਦੌਲਤ ਨਹੀਂ ਮਿਲੀ ਕਮ ਪੜ ਗਈ ਨਮਾਜ਼ੇ ਤੋ ਕਹਿ ਦੂੰਗਾ ਹਸ਼ਰ ਮੇ ਯਾ ਰੱਬ ਅਲੀ ਕੇ ਜ਼ਿਕਰ ਸੇ ਫੁਰਸਤ ਨਹੀਂ ਮਿਲੀ ਮਿਲ ਕੇ ਦੂਜੇ ਮਿਲ ਕੇ ਹੈਦਰੀ ਬੜੀ ਮਿਹਰਬਾਨੀ ਬਾਬਾ ਬਹੁਤ ਸ਼ੁਕਰੀਆ ਸਰ ਜੀ ਬਹੁਤ ਬਹੁਤ ਮਿਹਰਬਾਨੀ ਸਲਵਾਤ ਪੜ੍ਹੋ ਮਿਲ ਕੇ ਬਾਬਾ ਜ਼ੇ ਬੁਲੰਦ ਦੁਆ ਹੈ ਮੇਰੀ ਖੁਦਾ ਏ ਬਰਤਰ ਹਰ ਇੱਕ ਮਵਾਲੀ ਕੋ ਚੈਨ ਦੇ ਦੇ ਤੁਹਾਡੀ ਗੱਲ ਆਉਂਦੀ ਪਈ ਹੈ ਦੁਆ ਹੈ ਮੇਰੀ ਖੁਦਾ ਏ ਬਰਤਰ ਹਰ ਇੱਕ ਮਵਾਲੀ ਕੋ ਚੈਨ ਦੇ ਦੇ ਅਲੀ ਦਾ ਦੁਸ਼ਮਨ ਅਲੀ ਵਲੀ ਕੋ ਸੁਜਾਨ ਗਿੰਨੇ ਉਹ ਨੈਣ ਦੇ ਦੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਅਲੀ ਦਾ ਦੁਸ਼ਮਨ ਅਲੀ ਵਲੀ ਕੋ ਸੁਜਾਨ ਗਿੰਨੇ ਉਹ ਨੈਣ ਦੇ ਦੇ ਤੂੰ ਠੀਕ ਏ ਮੁਨਸਿਫ ਅਦਲ ਕਰੇ ਤਾਂ
تو ٹھیک ہے منصف عدل کرے تا میں ذاکر دا اے سونے اللہ یزیدیاں کو یزید دے دے یا ساڈا سا کو حسین دے دے حیدری اعوذ باللہ من الشیطان الرجیم بسم اللہ الرحمن الرحیم صلوات و سلام اشرف الانبیاء والمرسلین صلوات الذی کال فی شانہ وما ارسلناک الا للعالمین سورج حسین کا ہے بولو یار بولے سو انشاءاللہ سورج حسین کا ہے سورج حسین کا ہے ستارے حسین کے سورج حسین کا ہے ستارے حسین کے بکھرے ہیں ہر طرف یہ نظارے حسین کے بکھرے ہیں ہر طرف یہ نظارے حسین کے کھل دے بڑے عمل پہ نہیں نیتوں پہ ہے اور نے سمجھ لیے تھے اشارے حسین مل گیا تجھے حیدری بڑی مہربانی بہت شکریہ مل کے صلوات پڑھ لو باواز بلند صاحب نیاز مولا میرے پاس صاحب فکر و نظر حق کا ولی کہتے ہیں صاحب فکر و نظر حق کا ولی کہتے ہیں کاشف کنز و حبیب ازلی کہتے ہیں کاشف کنز و حبیب ازلی کہتے ہیں جس کو ڈوبا ہوا سورج بھی پلٹ کر دیکھے ہم اسے اپنے عقیدے میں علی کہتے حیدری بڑی مہربانی بہت شکریہ بہت بہت مہربانی شان انہیں سکلین گلو صاحب میرے تو پہلے پڑھ دے بیان بھائی کوئی بھی ایسا بندہ نہیں جیڑا کوئی بھی اپنے بچے دا نام یزید چ رکھے سناواں چ میں نہیں شان ملوکیت کو خیالی بنا دیا شان ملوکیت کو خیالی بنا دیا پھل لگ سکے نہ جس پہ وہ ڈالی بنا دیا پھل لگ سکے نہ جس پہ وہ ڈالی بنا دیا کافر بھی نام بچوں کا رکھتے نہیں یزید شبیر نے یزید کو گالی بنا مل کے حیدری بڑی مہربانی بابا جی بہت شکریہ اے ویکھ لو آندے پین اے آسے نونے اے ویکھ لو آئے
ਮੈਂ ਬਾਬੇ ਸ਼ਾਹ ਸ਼ਮਸ ਦੀ ਨਗਰੀ ਚੋਂ ਆਇਆ ਮੁਲਤਾਨੀ ਹਾਂ। ਹਾਂ ਤੇ ਬਾਬਾ ਉਹ ਇਹ ਜਿਹੜਾ ਮੁਲਤਾਨ ਦੇ ਚੌਂਕ ਵਿੱਚ ਖੜੋ ਕੇ ਆਦੇ ਆਸਮਾਨ ਵਾਲਾ ਸ਼ਮਸ ਲੈ ਆ, ਤੈਨੂੰ ਅਲੀ ਦਾ ਸ਼ਮਸ ਬੁਲਾਉਂਦਾ ਹੈ। ਮੈਂ ਉਸੇ ਨਗਰੀ ਚੋਂ ਆਇਆ ਮੁਲਤਾਨੀ ਹਾਂ। ਮਿਲ ਕੇ ਸਲਵਾਤ ਪੜ੍ਹੋ ਬਾਬਾ ਜੇ ਬੁਲੰਦ। ਸਰਕਾਰ ਪੜ੍ਹੋ ਸਲਵਾਤ ਮਿਲ ਕੇ ਬਾਬਾ ਜੇ ਬੁਲੰਦ। ਅਦੂ ਕੇ ਵਾਸਤੇ ਭਾਈ ਜਨ ਹੁਣ ਮੇਰੇ ਪਾਸੇ ਵੇਖੋ, ਸ਼ੁਕਰ ਅਲਹਮਦੁਲਿਲਾ ਤੁਸੀਂ ਆ ਗਏ, ਤੁਹਾਡੀ ਵਜ੍ਹਾ ਤੋਂ ਬੰਦੇ ਹੀ ਆ ਗਏ। ਹੈ ਇਹ ਆਉਂਦਾ ਹੀ ਵੇ ਗਰੀਬਾ ਬੇਲੀ ਅੱਲਾ। ਮਿਲ ਕੇ ਸਲਵਾਤ ਪੜ੍ਹੋ ਬਾਬਾ ਜੇ ਬੁਲੰਦ। ਅਦੂ ਕੇ ਵਾਸਤੇ ਪੈਦਾ ਜ਼ਵਾਲ ਕਰਤੇ ਹੈ। ਅਦੂ ਕੇ ਵਾਸਤੇ ਅਦੂ ਆਦਨ ਬਾਬਾ ਜੀ ਦੁਸ਼ਮਣ ਨੂੰ, ਅਦੂ ਕੇ ਵਾਸਤੇ ਪੈਦਾ ਜ਼ਵਾਲ ਕਰਤੇ ਹੈ। ਮਲੰਗਲੀ ਕੇ ਹਮੇਸ਼ਾ ਕਮਾਲ ਕਰਤੇ ਹੈ। ਮਲੰਗਲੀ ਕੇ ਹਮੇਸ਼ਾ ਕਮਾਲ ਕਰਤੇ, ਕਿਹੜਾ ਕਮਾਲ ਕਰੇ ਦਿਲ। ਮਲੰਗਲੀ ਕੇ ਹਮੇਸ਼ਾ ਕਮਾਲ ਕਰਤੇ ਹੈ। ਕਭੀ ਅਲੀ ਅਲੀ ਕਰਨੇ ਸੇ ਰੁਕ ਨਹੀਂ ਸਕਤੇ। ਹਲਾਲ ਜ਼ਾਦੇ ਹੈ ਲੰਗਰ ਹਲਾਲ ਕਰਤੇ ਹੈ। ਦਰੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਕਸੀਦਾ ਸੁਣਵਾਵਾਂ ਬਾਬਾ ਜੀ? ਆਓ 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 ਆਓ, ਮਿਲ ਕੇ ਸਲਵਾਤ ਪੜ੍ਹੋ ਬਾਬਾ ਜੇ ਬੁਲੰਦ। ਮੈਂ ਕਸੀਦਾ ਪੜ੍ਹਾਂ। ਮੌਲਾ ਇਮਾਮ ਸਜਾਦ ਬਾਦਸ਼ਾਹ, ਮਿਲ ਕੇ ਸਲਵਾਤ ਪੜ੍ਹੋ ਬਾਬਾ ਜੇ ਬੁਲੰਦ। ਕਸੀਦਾ ਮੈਂ ਸੁਣਵਾਉਣਾ ਜਨਾਬ ਮੌਲਾ ਇਮਾਮ ਸਜਾਦ ਬਾਦਸ਼ਾਹ ਦੀ ਸ਼ਾਨ ਵਿੱਚ। ਸਵੇਰ ਦਾ ਸੁਣਿਆ ਹੀ ਵੇ, ਕਹਿ ਨਹੀਂ ਨਾ ਪੜਿਆ, ਮੈਂ ਸੁਣੋ ਐਸਾ ਇਹ ਪਕੜੀ ਯਾਰ ਲਾਹਾਂ ਜ਼ਰਾ। ਮੌਲਾ ਇਮਾਮ ਸਜਾਦ ਬਾਦਸ਼ਾਹ ਦੀ ਸ਼ਾਨ ਵਿੱਚ ਕਸੀਦਾ ਪੜ੍ਹਨਾ ਹੈ, ਥੋੜ੍ਹੇ ਕਿਵੇਂ ਤਮੀਦ ਕਰਨਾ ਚਾਹੁੰਦਾ। ਮੌਲਾ ਇਮਾਮ ਸਜਾਦ ਬਾਦਸ਼ਾਹ ਦਾ ਦੌਰ, ਉਸ ਵਕਤ ਦਾ ਜਿਹੜਾ ਬਾਦਸ਼ਾਹ ਆਈ ਨਾ, ਉਸ ਦਾ ਨਾਮ ਆਈ ਹਸ਼ਾਮ ਬਿਨ ਅਬਦੁਲ ਮਲਿਕ। ਕੀ ਨਾਂ ਆਈ ਜੀ? ਹਸ਼ਾਮ ਬਿਨ ਅਬਦੁਲ ਮਲਿਕ। ਇਹਦੇ ਨਾਲ ਸਫੀਰ ਰੋਮ ਅਤੇ ਨਾਲ ਇੱਕ ਤੀਜਾ ਬੰਦਾ ਜਿਸ ਦਾ ਨਾਮ ਆਈ ਫਰਜ਼ਦਕ, ਸ਼ਹਿਰ ਆਈ ਉਸ ਦੌਰ ਦਾ। ਇਹ ਹਜ ਕਰਨ ਗਏ, ਵੰਝ ਕੇ ਡਿੱਠਾ, ਹਾਜੀਆਂ ਦਾ ਰਸ਼ ਆਈ, ਇਸ ਤਰ੍ਹਾਂ ਕੁਰਸੀਆਂ ਲਵਾਈਆਂ, ਇੱਕ ਤੇ ਆਪ ਬਹਿ ਗਿਆ, ਇੱਕ ਤੇ ਸਫੀਰ ਰੋਮ ਬਹਿ ਗਿਆ ਬਾਈ ਜਾਨ, ਇੱਕ ਤੇ ਉਹ ਸ਼ਹਿਰ ਫਰਜ਼ਦਕ ਬਹਿ ਗਿਆ ਬਾਈ ਜਾਨ। ਸਮਝ ਆਉਂਦੀ ਪਈ ਹੈ ਨਾ? ਇੱਕ ਤੇ ਉਹ ਸ਼ਹਿਰ ਫਰਜ਼ਦਕ ਬਹਿ ਗਿਆ। ਅੱਜ ਇਹਨਾਂ ਦੀਆਂ ਗੱਲਾਂ ਹੁੰਦੀਆਂ ਪਈਆਂ ਹਨ, ਜੋ ਯਕਦਮ ਇੱਕ ਗੁਬਾਰ ਫੁੱਟਿਆ, ਇੱਕ ਸਫੈਦ ਲਿਬਾਸ ਵਾਲਾ ਸ਼ਹਿਜ਼ਾਦਾ ਜ਼ਹਿਰ ਹੋਇਆ। ਅਲਮਾਨ ਅਲਮਾਨ, ਉਹ ਜਿਹੜੇ ਲੋਕ ਹਨ ਨਾ ਹਾਜੀ, ਉਹ ਸ਼ਹਿਜ਼ਾਦੇ ਦੇ ਪਾਸੇ ਦੌੜੇ। ਕੋਈ ਹੱਥ ਪੀਆ ਚੁੰਮਦਾ ਬਾਬਾ ਜੀ, ਕੋਈ ਪੈਰ ਖੜਾ ਚੁੰਮਦਾ, ਕੋਈ ਕੁਝ ਪੀਆ ਕਰਦਾ। ਉਸ ਵੇਲੇ ਇਹ ਹਾਲਤ ਵੇਖ ਕੇ ਨਾ, ਉਹ ਜਿਹੜਾ ਰੂਮ ਦਾ ਸਫੀਰ ਆਏ ਨਾ, ਉਸ ਹਸ਼ਾਮ ਦਾ ਮੋਢਾ ਹਲਾਇਆ। ਉਸ ਆਖਿਆ, ਹਸ਼ਾਮ ਇਸ ਵਕਤ ਤੂੰ ਕਿਆ ਹੈ, ਇਸ ਵਕਤ ਤੂੰ ਕਿਆ ਹੈ? ਆਦੇ ਮੈਂ ਬਾਦਸ਼ਾਹ ਹਾਂ। ਉਹ ਸਫੀਰ ਰੂਮ ਆਦੇ, ਜੇ ਤੂੰ ਬਾਦਸ਼ਾਹ ਹੈ ਤਾਂ ਉਹ ਕੌਣ ਹੈ? ਇਹ ਹੈ ਜ਼ਰਾ ਹਸ਼ਾਮ ਦੂਜੇ ਬੰਨੇ ਤੂੰ, ਉਹ ਪਰਲੇ ਬੰਨੇ ਤੂੰ, ਜਿਵੇਂ ਗੰਦਾ ਜਿਹਾ ਮੂੰਹ ਕਰਕੇ ਆਦੇ, ਮੈਨੂੰ ਕੀ ਪਤਾ, ਉਹ ਸੀ ਕਿਸੇ ਅਰਬ ਦੇ ਅੱਛੇ ਖਾਨਦਾਨ ਦਾ ਫਰਦ, ਉਹ ਸੀ, ਮੈਂ ਨਹੀਂ ਜਾਣਦਾ। ਇਹ ਸ਼ਹਿਰ ਬੰਦਾ ਮੇਰੇ ਕੋਲ ਬੈਠਾ, ਇਹ ਫਰਜ਼ਦਕ, ਇਹ ਚੰਗੀ ਤਰ੍ਹਾਂ ਜਾਣਦੇ ਹਨ। ਫਰਜ਼ਦਕ ਤੂੰ ਤਾਰਫ ਕਰਾ, ਇਹ ਕੌਣ ਹੈ? ਹੁਣ ਜਿਹੜਾ ਫਰਜ਼ਦਕ ਤਾਰਫ ਕਰਾਇਆ ਸਫੀਰ ਰੋਮ ਨੂੰ, ਮੈਂ ਦਸਾਵਾਂ ਚ ਬਾਈ ਜਾਨ? ਬਾਈ ਜਾਨ ਸਾਰਿਆਂ ਦੇ ਰਾਹ ਦਾ ਹੈ? ਹਾਂ, ਹੌਸਲੇ ਨਾਲ, ਹੌਸਲੇ ਨਾਲ ਦੱਸ ਐਸਾ। ਮੈਨੂੰ 6 ਘੰਟੇ ਹੋ ਗਏ ਮੈਂ ਬੈਠੋ ਹੋਇਆ,
अच्छा हाँ बानी याद अगे मैं मार खा दी करा ओनो जेड़े तारफ कराया सुनावा जी बाबा जी इब्ने हुसैने चौड़ा दा ज़ैने इब्ने हुसैने चौड़ा दा ज़ैने इब्ने हुसैने चौड़ा दा ज़ैने इब्ने हुसैने चौड़ा मिल गया तुझे है दरी तुझे नारा है दरी तीजे नारा इब्ने हुसैन चौड़ा दा ज़ैन 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 यसरिब दा शाह सदके इना दे अर्ज़ो समाहे बड़ी मेहरबानी बहुत शुक्रिया तारफ पिया करें इब्ने हुसैन चौड़ा दा ज़ैन इब्ने हुसैन चौड़ा दा ज़ैन यसरिब दा शाह सदके इना दे अर्ज़ो समाहे हक दा वली चौथा अली हक दा वली चौथा अली नैबे खुदा है काबा इना दे आमद दी जाहे मिलके आ तुझे है देरी बड़ी मेहरबानी बहुत शुक्रिया अच्छा फर्जदा के गल कीती है इमाम आले पासे तुरिया हशाम वेख के आदा है फर्जदा किन वहना है फर्जदा किन वहना है फर्जदा वेख के आदा है आले नबी दी औलाद आ गए पर हट कमीना सजाद आ गए बड़ी मेहरबानी मिलके है देरी बड़ी मेहरबानी बहुत शुक्रिया फर्ज दक के गल कीती है इवें टुरे आए हशाम वे के आदे फर्ज दक किन वहना है उसले फर्ज दक वे के आदे आले नबी दी औलाद आ गए परे हट का मीना सजाद आ गए मैं वन के मंगसा कदमा ते झुकसा मैं वन के मंगसा कदमा ते झुकसा हाजत रवाहे दादे दे वांगू मुश्किल कुशाहे बड़ी है दरी बड़ी मेहरबानी बहुत शुक्रिया उस वेले उस सफीर वे क्या दे फर्जदक कुछ होर दसा सकना है इमाम सजाद दे बारे फर्जदक वे क्या दे क्यों नहीं दसा सकता फर्जदक आ दे दुनिया दे आबेद सड़े दे सजदे वे को सजदा करे दे बड़ी मेहरबानी बहुत शुक्रिया दुनिया दे आबेद आबेद सड़ेन दिन सजदे वी को सजदा करें दिन न्याजे मौला तवज्जो करनी है सफीरे रूमा दे कुछ होर दसा सकना है फर्जदा का दे आ दसावा दुनिया दे आबेद आबेद सड़ेन दिन सजदे वी को सजदा करें दिन इस्लाम ए ते इमाम ए इस्लाम ए ते इमाम ए दारुल शिफा है अल्लाह ते इंदे साजी रजा है उसले हशाम आदा यार फर्जदक बादशाह मैं हाँ तरीफा इमाम सजाद दिया कीती वैना है कोई ता मेरे बारे करे आ हे कदा कसीदा मेरी शाने ची पढ़े आ फर्जदक नु गुस्सा आ गया फर्जदक नु गुस्सा आया वे क्या दाए तेरा शान क्या है तेरा क्या कसीदा तू है मुनाफिक को दुश्मन अलीदा कसीदा कारी आ गया बड़ी मेहरबानी मिलके सलवात पढ़ो बावाजे बुलान मिंबर से दिया एक कसीदा और पढ़ना है ते एक दा एक बंद पढ़ना हाजरी हो गई मेरे वाजिबुल एहतराम मेरे एवी उस्ताद हैं गुलाम अब्बास रतन साहब
آئے بیٹھے مولا دے بڑے مقبول ہے نظر ذاکر اور سریلے ذاکر ہیں، سلوات پڑھو مل کے باواز بلان لالا سیٹ کرے آپ کے کی تھی ساریاں پریشانیاں میرے وارے جاونیاں ہیں کوئی نہ سلوات پڑھو مل کے باواز بلان ایک کون قصیدہ سناوا سونا جی غدیر دا ممبر سجیا ہر کوئی بھجیا ویکھن کیتے ویر نبی دا غدیر دا قصیدہ سنواونا ہے محنت کرنی ہے نیاز مولا تے او دا اجر دیونا ہے او ممبر سجیا ہر کوئی بھجیا ویکھن کیتے ویر نبی دا ممبر سجیا ہر کوئی بھجیا دیکھن کیتے اے ویر نبی دا او ممبر سجیا ہر کوئی بھجیا دیکھن کیتے اے ویر نبی دا ممبر سجیا مل گیا دوجے ہے ویکھن کیتے اے ویر نبی دا اے قسم قرآن دی تے اس رحمان دی اے قسم قرآن دی تے اس رحمان دی سوا لکھ حاجیاں دے سامنے اونچی جاتے اونچا کھڑ کے بڑی مہربانی بہت شکریہ بابا جی ممبر سجیا ہر کوئی بھجیا ویکھن کیتے اے ویر نبی دا او ممبر سجیا ہر کوئی بھجیا ویکھن کیتے اے ویر نبی دا اے قسم قرآن دے سوا لکھ حاجیاں دے سامنے اونچی جاتے اونچا کھڑ کے تے لہرایا ہاتھ علیدہ مل کے سارے جواب دیو ہے دیری بڑی مہربانی شیر سنوا منائے تاج پوایا وال پگ جا بدائی نیاز مولا توجہ کرنی ہے بڑی مہربانی بھائی جان بہت شکریہ تاج پوایا وال پگ جا بدائی ایسی بدائی کہ ویکھے خدائی بڑیا عرشی اڈتھیا اجدا پھبیا شیر جلیدا مل کے سارے یا تجھے ہے دری بڑی مہربانی میں نوکر بھائی جان میں نوکر ہزار دفعہ پڑا تاج پوایا وال پگ جا بدائی ایسی بدائی کہ دیکھے آ خدائی مال تھر دے رہے منافق سڑ دے رہے موال تھر دے رہے منافق سڑ دے رہے ہر منظر خود
ਕਾਫੀਆਂ ਬਣੀਆਂ ਅਰਸ਼ੀਆਂ ਦਿੱਤੀਆਂ ਇਹਦਾ ਭਬਿਆ ਸ਼ੇਰ ਜਲੀਦਾ ਬੜੀ ਮਿਹਰਬਾਨੀ ਭਾਈ ਜਾਨ ਬੜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਅਗਲੇ ਸ਼ੇਰ ਸੁਣਾਉਣਾ ਟਾਈਮ ਕੋਈ ਨਹੀਂ ਨਿਆਜ਼ੇ ਮੌਲਾ ਜ਼ਿੰਦਗੀ ਬਾਕੀ ਮੁਲਾਕਾਤ ਬਾਕੀ ਸ਼ੇਰ ਸੁਣਾਉਣਾ ਹੈ ਗੱਲ ਮੇਰੀ ਮੰਨੋ ਅੱਜ ਕਰੋ ਇਕਰਾਰ ਜਨਾਬ ਰਿਸਾਲਤ ਮਾਪ ਹਾਜੀਆਂ ਦੇ ਪਾਸੇ ਵੇਖ ਕੇ ਪਿਆ ਦੇਣ ਗੱਲ ਮੇਰੀ ਸਭ ਦਾ ਆਕਾ ਅੱਜ ਤੂੰ ਹੋਸੇ ਪੁੱਤਰ ਸਖੀ ਦਾ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜਿਥਾਂ ਵੰਜ ਸਜਦੇ ਕਰੇ ਨਾ ਅਦਾ ਹੈ 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 ਖਾਤੂਨ ਦੇ ਦੀਵੋ ਇੱਕ ਹੁਕਾਮ ਦੇ ਨਾਲ ਲਾਈ ਗਈ ਤੇ ਕਈ ਰਾਵੀ ਲਿਖ ਗਏ ਤ੍ਰੈ ਦੀ ਪੂਰੇ ਬੀਬੀ ਸ਼ਾਮ ਦੇ ਬਹਿਰ ਖੜਾਈ ਗਈ ਮੈਂ ਨੌਕਰਾਂ ਬਾਬਾ ਜੀ ਮੈਂ ਨੌਕਰਾਂ ਬਾਬਾ ਜੀ ਮੌਲਾ ਤੁਹਾਡੀਆਂ ਹੰਝੂ ਮਨਜ਼ੂਰ ਮੈਂ ਨੌਕਰਾਂ ਬਾਬਾ ਜੀ ਮੈਂ ਲੱਖ ਦਫਾ ਆਖਾਂ ਮੌਲਾ ਤੁਹਾਡੇ ਕੂਕ ਕਬੂਲ ਫਰਮਾਵੇ ਪਰਦਾ ਪੀਆਂ ਨਹੀਂ ਪੁਲਥੀ ਉਹ ਖਾਤੂਨ ਦੇ ਦੀਵੋ ਇੱਕ ਹੁਕਾਮ ਦੇ ਨਾਲ ਲਾਈ ਗਈ ਆ ਤੇ ਕਈ ਰਾਵੀ ਲਿਖ ਗਏ ਤ੍ਰੈ ਦੀ ਪੂਰੇ ਬੇਬੀ ਸ਼ਾਮ ਦੇ ਬਹਿਰ ਖੜਾਈ ਗਈ ਅਗਲੀ ਸਤਰ ਸੁਣੀਏ ਬਾਬਾ ਪਰਦਾ ਪੀਆ ਉਹਦਾ ਪੈਦਲ ਤੁਰਨ ਦਾ ਹਾਵੋ ਹੁਕਮ ਦੀ ਜਦਾ ਪੂਰੀ ਸ਼ਾਮ ਸਜਾਈ ਗਈ ਆ ਤੇ 1,25,00,000 ਬਦਮਾਸ਼ ਦੇ ਮਜਮੇ ਵਿੱਚ ਬਿਨ ਚਾਦਰ ਸੈ ਸ਼ਾਮ ਦੇ ਬਾਹਰੋਂ ਆ ਕੇ ਕਾਫਲਾ ਰੁਕਾਏ ਯਜ਼ੀਦ ਦਾ ਪਰਵਾਨਾ ਮਿਲਿਆ ਸਜਾਦ ਫੁੱਫੀਆਂ ਕੋਠਾਂ ਤੋਂ ਲਹਾ ਜਾ ਮੇਰੇ ਦਰਬਾਰ ਤੋਂ ਪੈਦਲ ਗੇ ਨਾਦਨ ਪੈਦਲ ਦਾ ਨਾਮ ਆਇਆ ਮੇਰੇ ਇਮਾਮ ਦੀ ਰਾਤ ਵਧੀਏ ਮੋਰੀ ਮਾਮਲੇ ਚੋਵਾਦ ਆਇਆ ਵੇ ਸਜਾਦ ਬਚੜਾ ਰਾਤ ਕਿਉਂ ਰੋਣਾ ਹੈ ਸਈਆ ਦਾਦਾ ਪੈਦਲ ਤੁਰਨ ਦਾ ਹੁਕਮ ਮਿਲਾ ਹੈ ਮੇਰੀ ਸੈਣ ਦੀ ਆਵਾਜ਼ ਆਉਂਦੀ ਹੈ ਰਾਤ ਨਾ ਰੋ ਤੂੰ ਉੱਠ ਬਲਾ ਮੈਂ ਪੈਦਲ ਟੁਰਸਾਂ ਮੇਰੀ ਸੈਣ ਨੇ ਪਹਿਲਾ ਕਦਮ ਜ਼ਮੀਨ 'ਤੇ ਰੱਖਿਆ ਹੈ ਪਾਸੇ ਆਸਮਾਨ ਦੇ ਡਿਠਾਏ ਮੇਰੀ ਸੈਣ ਰੋ ਕੇ ਆਦੀਏ ਐ ਰੱਬੋ ਲਈ ਜਤ ਮੈਂ ਜ਼ੈਨਬ ਤੇ ਅਕੂ ਤੰਗ ਬਾਜ਼ਾਰ ਦਾ ਮੋੜੇ ਤੋੜੇ ਨਾ ਹੀ ਟੁਰਨਾ ਪਰ ਟੁਰਦੀਆਂ ਮੈਂ ਕੋਬੇਨ ਤੇਰੇ ਦੇ ਮੈਂ ਨੌਕਰਾਂ ਬਾਬਾ ਜੀ ਮੈਂ ਨੌਕਰਾਂ ਬਾਈ ਜਾਨ ਮੈਂ ਨੌਕਰਾਂ ਬਾਬਾ
ਸਾਡੀ ਧੀਆਂ ਬਹਿਣਾਂ ਦੇ ਪਰਦੇ ਸਲਾਮਤ ਰੱਖੇ। ਮੈਂ ਨੌਕਰਾਂ ਬਾਈ ਜਾ ਬੀਬੀਆਂ ਦੀ ਭਜਾਏ ਵੋ ਮੇਰੇ ਵੀਰ ਦੀ ਲਾਸ਼ ਤੇ ਘੋੜੇ ਤੇ ਕੋਈ ਗੈਰ ਮਾਰੋ ਮੇਰੇ ਨਾਲ ਨਾ ਬੋਲੇ ਦਰਬਾਰ ਦੇ ਬੈਂਦੇ ਓ ਮੈਂ